ਕਿਸਾਨ ਦੀ ਮੁਕੰਮਲ ਕਰਜ਼ਾ ਮਾਫੀ ਹੋਊਗੀ। ਚਾਹੇ ਕਰਜ਼ਾ ਪ੍ਰਾਈਵੇਟ ਬੈਂਕਾਂ ਦਾ ਗਾ, ਚਾਹੇ ਸਰਕਾਰੀ ਬੈਂਕਾਂ ਦਾ ਗਾ, ਚਾਹੇ ਕਰਜ਼ਾ ਆੜ੍ਹਤੀਆਂ ਦਾ ਗਾ, ਇਹ ਸਾਰਾ ਕਰਜ਼ਾ ਉਸ ਸਮੇਂ ਕੈਪਟਨ ਸਾਹਿਬ ਕੰਪੇਨ ਚਲਾ ਰਹੇ ਸੀ, ਕੈਪਟਨ ਸਾਹਿਬ ਨੇ ਕਮਾਂਡ ਸੰਭਾਲੀ ਹੋਈ ਸੀ ਕਾਂਗਰਸ ਪਾਰਟੀ ਵੱਲੋਂ। ਪੰਜਾਬ ਦੇ ਕਿਸਾਨ ਦੇ ਨਾਲ ਵਾਅਦਾ ਕੀਤਾ ਸੀ, ਹਰ ਇੱਕ ਕਿਸਾਨ ਦੇ ਘਰ ਜਾ ਕੇ ਘਰ ਘਰ ਜਾ ਕੇ ਕਾਂਗਰਸ ਪਾਰਟੀ ਦੇ ਨੇਤਾਵਾਂ ਨੇ, ਕਾਂਗਰਸ ਪਾਰਟੀ ਦੇ ਵਰਕਰਾਂ ਨੇ, ਕਾਂਗਰਸ ਵੱਲੋਂ ਪੇਡ ਵਰਕਰਾਂ ਨੇ ਜਾ ਕੇ ਇਹ ਫਾਰਮ ਭਰੇ ਗਏ ਸੀਗੇ ਕਿ ਕਿਸਾਨ ਦਾ ਮੁਕੰਮਲ ਕਰਜ਼ਾ ਮਾਫੀ ਹੋਊਗੀ। ਅੱਜ ਸਰਕਾਰ ਦੇ ਮੈਂ ਸਮਝਦਾ 40 ਜਾਂ 45 ਦਿਨ ਬਾਕੀ ਬਚੇ ਨੇਗੇ, 40 ਜਾਂ 45 ਦਿਨ ਪਹਿਲਾਂ ਤੱਕ ਅੱਜ ਪੰਜਾਬ ਦਾ ਕਿਸਾਨ ਫਿਰ ਖੁਦਕੁਸ਼ੀਆਂ ਦੇ ਰਾਹ 'ਤੇ ਤੁਰਿਆ ਹੋਇਆ। ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬ ਦਾ ਕਿਸਾਨ ਵੱਖ ਵੱਖ ਇੰਸਟੀਚਿਊਸ਼ਨਾਂ ਤੋਂ, ਵੱਖ ਵੱਖ ਸੰਸਥਾਵਾਂ ਤੋਂ, ਚਾਹੇ ਉਹ ਸਰਕਾਰੀ ਖੇਤਰ ਦੀਆਂ ਨੇ, ਚਾਹੇ ਪ੍ਰਾਈਵੇਟ ਖੇਤਰ ਦੀਆਂ ਨੇਗੀਆਂ, ਚਾਹੇ ਇੰਡੀਵਿਜੁਅਲ ਖੇਤਰ ਦੀਆਂ ਨੇਗੀਆਂ, ਲਗਾਤਾਰ ਕਰਜ਼ਾ ਲੈ ਕੇ ਆਪਣੀ ਕਿਸਾਨੀ ਕਰ ਰਿਹਾ ਹੈਗਾ। ਲਗਾਤਾਰ ਕਿਸਾਨੀ ਜਿਹੜੀ ਆ ਉਹ ਮੈਂ ਸਮਝਦਾ ਕਰਜ਼ੇ ਦੇ ਦੌਰ ਦੇ ਵਿੱਚੋਂ ਗੁਜ਼ਰ ਰਹੀ ਆ। ਔਰ ਕਾਂਗਰਸ ਪਾਰਟੀ ਨੇ ਪੰਜਾਬ ਦੇ ਕਿਸਾਨਾਂ ਦੇ ਨਾਲ ਵੱਡਾ ਵਾਅਦਾ ਕੀਤਾ ਕਿ ਤੁਹਾਡਾ ਮੁਕੰਮਲ ਕਰਜ਼ਾ ਮਾਫੀ ਹੋਊਗੀ, ਪਰ ਲੇਕਿਨ ਤੁਹਾਨੂੰ ਸਾਰਿਆਂ ਨੂੰ ਪਤਾ ਗਾ ਕਿ ਇੱਕ ਨਿਗੂਣ ਜੀ ਰਾਸ਼ੀ ਲਗਭਗ 39 ਸੌ ਕਰੋੜ ਰੁਪਈਆ ਮਾਫ਼ ਕਰਕੇ ਕਿਸ ਜਿਹੜਾ ਹੈਗਾ ਚੀਚੀ 'ਤੇ ਖੂਨ ਲਾ ਕੇ ਕਾਂਗਰਸ ਪਾਰਟੀ ਸ਼ਹੀਦ ਹੋਣ ਦਾ ਯਤਨ ਕਰਦੀ ਆ ਕਿ ਅਸੀਂ ਕਿਸਾਨ ਦਾ ਕਰਜ਼ਾ ਮਾਫ਼ ਕਰਤਾ। ਅੱਜ ਪੂਰੇ ਪੰਜਾਬ ਦੇ ਕਿਸਾਨ 'ਤੇ ਲਗਭਗ 1.5 ਲੱਖ ਕਰੋੜ ਦਾ ਕਰਜ਼ਾ ਗਾ। ਅੱਜ ਜਿਹੜਾ ਕਰਜ਼ਾ 2017 ਤੱਕ ਲਗਭਗ 90 ਹਜ਼ਾਰ ਕਰੋੜ ਦਾ ਸੀਗਾ, 2017 ਤੱਕ ਇਹ ਡਾਟੇ ਸੀ, ਅੰਕੜੇ ਸੀਗੇ ਕਿ ਕਰਜ਼ਾ ਜਿਹੜਾ ਗਾ ਉਹ 90 ਹਜ਼ਾਰ ਕਰੋੜ ਦਾ ਗਾ, ਪਰ ਲੇਕਿਨ ਉਹ ਅੱਜ ਕਰਜ਼ਾ ਵੱਧ ਕੇ 1.5 ਲੱਖ ਕਰੋੜ ਦੇ ਕਰੀਬ ਪਹੁੰਚ ਗਿਆ। ਜਿੱਥੇ ਕੇਂਦਰ ਸਰਕਾਰ ਪੰਜਾਬ ਦੇ ਕਿਸਾਨ ਨੂੰ ਮਾਰਨ ਦਾ ਯਤਨ ਕਰ ਰਹੀ ਆ, ਜਿੱਥੇ ਕੇਂਦਰ ਸਰਕਾਰ ਜਿਹੜੀ ਆ ਲਗਾਤਾਰ ਕਿਸਾਨ ਨੂੰ ਖਤਮ ਕਰਨ ਦਾ ਯਤਨ ਕਰ ਰਹੀ ਆ, ਖੇਤੀ ਨੂੰ ਖਤਮ ਕਰਨ ਦਾ ਯਤਨ ਕਰ ਰਹੀ ਆ, ਉੱਥੇ ਹੀ ਪੰਜਾਬ ਦੀ ਸਰਕਾਰ, ਪੰਜਾਬ ਦੀ ਸੂਬਾ ਸਰਕਾਰ, ਕਾਂਗਰਸ ਪਾਰਟੀ ਦੀ ਸਰਕਾਰ ਔਰ ਪੁਰਾਣੀਆਂ ਸਰਕਾਰਾਂ ਅਕਾਲੀ ਦਲ, BJP, ਇਹ ਸਰਕਾਰਾਂ ਨੇ ਕੋਈ ਜਿਹੜੀ ਆ ਹਜੇ ਤੱਕ ਨੀਤੀ ਨਹੀਂ ਬਣਾਈ ਹੈਗੀ ਕਿ ਪੰਜਾਬ ਦੇ ਕਿਸਾਨ ਨੂੰ ਕਿਵੇਂ ਕਰਜ਼ੇ ਦੇ ਸੰਕਟ ਦੇ ਵਿੱਚੋਂ ਕੱਢਣਾ ਗਾ, ਕਿਵੇਂ ਪੰਜਾਬ ਦੇ ਕਿਸਾਨ ਦੀ ਖੇਤੀ ਨੂੰ ਉੱਤਮ ਖੇਤੀ ਬਣਾਉਣਾ ਗਾ, ਕਿਵੇਂ ਪੰਜਾਬ ਦੀ ਖੇਤੀ ਨੂੰ ਲਾਹੇਵੰਦ ਖੇਤੀ ਬਣਾਉਣਾ ਗਾ। ਅੱਜ ਮੈਂ ਸਮਝਦਾ ਜਿਹੜਾ ਹੈਗਾ ਚੰਨੀ ਸਾਹਿਬ ਦੀ ਸਰਕਾਰ ਵੀ ਉਸੇ ਰਾਹ 'ਤੇ ਤੁਰੀ ਹੋਈ ਆ। ਕੱਲ੍ਹ ਵੱਡੀਆਂ ਅਨਾਊਂਸਮੈਂਟਾਂ ਚੰਨੀ ਸਾਹਿਬ ਕਰ ਰਹੇ ਸੀਗੇ ਕਿ ਮੈਂ 17 ਹਜ਼ਾਰ ਰੁਪਈਆ ਜਿਹੜਾ 12 ਹਜ਼ਾਰ ਤੋਂ ਵਧਾ ਕੇ 17 ਹਜ਼ਾਰ ਰੁਪਈਆ ਕਰਤਾ। ਕੀ ਤੁਸੀਂ ਮੈਨੂੰ ਦੱਸੋ ਜਿਸ ਫਸਲ ਦੇ ਉੱਤੇ ਖਰਚਾ ਪ੍ਰਤੀ ਏਕੜ 60 ਹਜ਼ਾਰ, 65 ਹਜ਼ਾਰ, 70 ਹਜ਼ਾਰ ਆਉਂਦਾ ਗਾ, ਕੀ ਉਹ 17 ਹਜ਼ਾਰ ਨਾਲ ਦੀ ਭਰਪਾਈ ਹੋ ਜੂਗੀ? ਜਿਹੜੀ ਨਰਮੇ ਦੀ ਫਸਲ ਮਾਰੀ ਗਈ, ਜਿਹੜੀ ਗੁਲਾਬੀ ਸੁੰਡੀ ਕਰਕੇ ਨਰਮੇ ਦੀ ਫਸਲ ਤਬਾਹ ਹੋ ਗਈ, ਜਾਂ ਜਿਹੜੀਆਂ ਬਾਰਿਸ਼ਾਂ ਦੇ ਕਾਰਨ ਜਾਂ ਕਿਸੇ ਹੋਰ ਦੇ ਕਾਰਨ ਜਿਹੜੀਆਂ ਫਸਲਾਂ ਤਬਾਹ ਹੋ ਗਈਆਂ, ਉਹਦੀ 100% ਭਰਪਾਈ ਕਿਵੇਂ ਹੋਊਗੀ? ਜਦ ਤੱਕ 100% ਭਰਪਾਈ ਨਹੀਂ ਹੁੰਦੀ, ਜਦ ਤੱਕ 100% ਮੁਆਵਜ਼ਾ ਨਹੀਂ ਮਿਲਦਾ, ਜਦ ਤੱਕ 100% ਕਿਸਾਨ ਦੀ ਜਿਹੜਾ ਹੈਗਾ ਉਹਦਾ ਲਾਗਤ ਦਾ ਮੁੱਲ ਨਹੀਂ ਮਿਲਦਾ, ਮੈਂ ਸਮਝਦਾ ਕਿਸਾਨ ਜਿਹੜਾ ਬਚ ਨਹੀਂ ਸਕਦਾ ਹੈਗਾ। ਕੱਲ੍ਹ ਚੰਨੀ ਸਾਹਿਬ ਕਹਿੰਦੇ ਕਿ 12 ਹਜ਼ਾਰ ਤੋਂ 17 ਹਜ਼ਾਰ ਕਰਤਾ, ਪਹਿਲਾਂ ਤਾਂ ਲੰਬਾ ਸਮਾਂ ਲੱਗਿਆ ਇਹਨਾਂ ਨੂੰ 12 ਹਜ਼ਾਰ ਕਰਨ 'ਤੇ। ਹਜੇ ਤੱਕ ਗੁਲਾਬੀ ਸੁੰਡੀ ਵਾਲੇ ਪੈਸੇ ਬਹੁਤ ਸਾਰੇ ਕਿਸਾਨਾਂ ਦੇ, ਜ਼ਿਆਦਾਤਰ ਕਿਸਾਨਾਂ ਦੇ ਖਾਤਿਆਂ ਵਿੱਚ ਨਹੀਂ ਪਹੁੰਚੇ। ਹਜੇ ਤੱਕ ਉਹਦਾ ਰਾਸ਼ਟਰੀਕਰਨ ਕੀਤਾ ਜਾ ਰਿਹਾ ਕਿ ਸਾਡਾ ਫਲਾਣਾ ਲੀਡਰ ਆ ਕੇ ਵੰਡੂਗਾ, ਸਾਡਾ ਫਲਾਣਾ ਵਿਅਕਤੀ ਜਾ ਕੇ ਵੰਡੂਗਾ। ਸੋ ਮੇਰਾ ਕਹਿਣ ਦਾ ਭਾਵ ਆ ਹਜੇ ਤੱਕ 12 ਹਜ਼ਾਰ ਨਹੀਂ ਪਹੁੰਚਿਆ ਸੀ, ਕਹਿੰਦੇ 17 ਹਜ਼ਾਰ ਦੇਵਾਂਗੇ। ਬਿਲਕੁਲ ਨਿਗੂਣੀ ਜੀ ਰਾਸ਼ੀ ਜਿਹੜੀ ਆ ਸਰਕਾਰ ਦੇ ਰਹੀ ਆ। ਆਮ ਆਦਮੀ ਪਾਰਟੀ ਮੰਗ ਕਰਦੀ ਆ ਕਿ 100% ਜਿਹੜੀ ਕਿਸਾਨ ਦੀ ਫਸਲ ਤਬਾਹ ਹੋਈ ਆ ਉਹਦਾ 100% ਮੁਆਵਜ਼ਾ ਹੋਵੇ। ਔਰ ਦੂਜੇ ਪਾਸੇ ਕੱਲ੍ਹ ਮੈਂ ਦੇਖ ਰਿਹਾ ਸੀਗਾ ਸਰਕਾਰ ਵੱਲੋਂ ਪ੍ਰੈਸ ਨੋਟ ਜਾਂਦਾ ਗਾ ਕਿ ਜਿਹੜੇ ਪਰਾਲੀ ਨੂੰ ਲੈ ਕੇ ਕਿਸਾਨਾਂ ਦੇ ਪਰਚੇ ਦਰਜ ਹੋਏ ਸੀ ਉਹ ਸਾਰੇ ਵਾਪਸ ਲਵਾਂਗੇ। ਉਹ ਪਰਚੇ ਕਿਹਨੇ ਕੀਤੇ ਸੀਗੇ? ਕੀ ਉਹ ਪਰਚੇ ਹਰਿਆਣਾ ਦੀ ਸਰਕਾਰ ਨੇ ਕੀਤੇ ਸੀ ਜਾਂ ਕਿਸੇ ਹੋਰ ਸਰਕਾਰ ਨੇ ਕੀਤੇ ਸੀ? ਪਰਾਲੀ ਨੂੰ ਲੈ ਕੇ ਜਿੰਨੇ ਪਰਚੇ ਹੋਏ ਸੀਗੇ ਉਹ ਚੰਨੀ ਸਾਹਿਬ ਦੀ ਸਰਕਾਰ ਨੇ ਕੀਤੇ ਸੀ, ਉਹ ਕਾਂਗਰਸ ਪਾਰਟੀ ਦੀ ਸਰਕਾਰ ਨੇ ਕੀਤੇ ਸੀਗੇ। ਅੱਜ ਕਹਿੰਦੇ ਅਸੀਂ ਵਾਪਸ ਲੈਣੇ ਆ। ਪਹਿਲਾਂ ਕਿਸਾਨ ਨੂੰ ਤੰਗ ਪਰੇਸ਼ਾਨ ਕਿਹਨੇ ਕੀਤਾ? ਪਰਚੇ ਕਿਹਨੇ ਕੀਤੇ? ਕਾਂਗਰਸ ਪਾਰਟੀ ਦੀ ਸਰਕਾਰ ਨੇ, ਚੰਨੀ ਸਾਹਿਬ ਨੇ। ਜਦ ਕਿ ਚਾਹੀਦਾ ਇਹ ਸੀਗਾ ਕਿ ਜਿਹੜੀ ਮਸ਼ੀਨਰੀ, ਜਿਹੜੇ ਇਕਿਊਪਮੈਂਟਸ, ਜਿਹੜੀਆਂ ਗਾਈਡਲਾਈਨ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਜਾਰੀ ਨੇਗੀਆਂ, ਜਿਹੜੀਆਂ ਗਾਈਡਲਾਈਨ ਵੱਖ ਵੱਖ ਸਮੇਂ ਦੀਆਂ ਸਰਕਾਰਾਂ ਵੱਲੋਂ ਜਾਰੀ ਨੇਗੀਆਂ ਕਿ ਪੰਜਾਬ ਵਿੱਚ ਪਰਾਲੀ ਨੂੰ ਸੜਨ ਤੋਂ ਕਿਵੇਂ ਰੋਕਣਾ ਗਾ, ਕਿਵੇਂ ਕਿਸਾਨ ਨੂੰ ਮੁਆਵਜ਼ਾ ਦੇਣਾ ਗਾ,
ਕਿਵੇਂ ਹੈਪੀ ਸੀਡਰ ਲੈ ਕੇ ਦੇਣੇ ਨੇਗੇ, ਕਿਵੇਂ ਸਬਸਿਡੀ 'ਚ ਵਾਧਾ ਕਰਨਾ ਗਾ, ਸਰਕਾਰ ਨੇ ਉਹਦੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ। ਲਗਭਗ 300 ਕਰੋੜ ਰੁਪਈਆ ਕਿਸਾਨ ਦੀ ਸਬਸਿਡੀ ਦਾ ਸਰਕਾਰ ਦੱਬੀ ਬੈਠੀ ਆ। ਜੇਕਰ ਉਹ 300 ਕਰੋੜ ਰੁਪਈਆ ਕਿਸਾਨਾਂ ਨੂੰ ਜਾਰੀ ਹੋ ਜਾਂਦਾ ਤਾਂ ਮੈਂ ਸਮਝਦਾ ਕਾਫੀ ਹੱਦ ਤੱਕ ਹੋਰ ਜਿਹੜੀ ਪਰਾਲੀ ਸਾੜਨ ਦੀ ਪ੍ਰਕਿਰਿਆ ਖਤਮ ਹੋ ਜਾਣੀ ਹੈ। ਬੇਸ਼ੱਕ ਇਸ ਵਾਰ ਵੱਡੀ ਪੱਧਰ 'ਤੇ ਕਿਸਾਨਾਂ ਨੇ ਇਹ ਯਤਨ ਕੀਤਾ ਗਾ ਕਿ ਪਰਾਲੀ ਨੂੰ ਕਿਸੇ ਨਾ ਕਿਸੇ ਤਰੀਕੇ ਦਾ ਹੱਲ ਕੀਤਾ ਜਾਵੇ, ਪਰ ਸਰਕਾਰ ਨੇ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਬਿਲਕੁਲ ਕੋਈ ਵੀ ਬਾਂਹ ਨਹੀਂ ਫੜੀ। ਸਰਕਾਰ ਨੇ ਕਿਸਾਨ ਵਿਸਾਰ 'ਤੇ ਕਿਸਾਨਾਂ ਨੂੰ ਮਜਬੂਰ ਕੀਤਾ ਕਿ ਤੁਸੀਂ ਪਰਾਲੀ ਸਾੜੋ, ਫਿਰ ਆਪਣੇ ਆਪ ਮੁਕੱਦਮੇ ਦਰਜ ਕੀਤੇ, ਮੁਕੱਦਮੇ ਦਰਜ ਤੋਂ ਕਹਿੰਦੇ ਅਸੀਂ ਵਾਪਸ ਲੈ ਰਹੇ ਹਾਂ। ਸੋ ਮੇਰਾ ਕਹਿਣ ਦਾ ਭਾਵ ਆ, ਆਪੇ ਜਿਹੜਾ ਹੈਗਾ ਪਹਿਲਾਂ ਤਸ਼ੱਦਦ ਕਰਦੇ ਨੇ, ਫਿਰ ਕਹਿੰਦੇ ਅਸੀਂ ਵਾਪਸ ਲੈਂਦੇ ਹਾਂ। ਇਸੇ ਤਰੀਕੇ ਆਮ ਆਦਮੀ ਪਾਰਟੀ ਮੰਗ ਕਰਦੀ ਆ ਚੰਨੀ ਸਾਹਿਬ ਤੋਂ, ਕਾਂਗਰਸ ਪਾਰਟੀ ਤੋਂ, ਕਿਉਂਕਿ ਰਾਹੁਲ ਗਾਂਧੀ ਜੀ ਵੀ, ਪ੍ਰਿਯੰਕਾ ਗਾਂਧੀ ਜੀ ਵੀ ਜਦੋਂ ਦੂਜੇ ਸੀਟਾਂ ਜਾਂਦੇ ਨੇਗੇ, ਜਦੋਂ ਮੱਧ ਪ੍ਰਦੇਸ਼ ਜਾਂਦੇ ਨੇ, ਜਦੋਂ ਉੱਤਰ ਪ੍ਰਦੇਸ਼ ਜਾਂਦੇ ਨੇ ਜਾਂ ਕਿਸੇ ਹੋਰ ਸੂਬੇ ਦੇ ਵਿੱਚ ਜਾਂਦੇ ਨੇ, ਉਦੋਂ ਜਾ ਕੇ ਕੀ ਪ੍ਰਚਾਰ ਕਰਦੇ ਨੇ ਕਿ ਅਸੀਂ ਪੰਜਾਬ ਦੇ ਕਿਸਾਨ ਦਾ ਕਰਜ਼ਾ ਮਾਫ਼ ਕਰਤਾ। ਇਸ ਪ੍ਰਕਾਰ ਦਾ ਪ੍ਰਚਾਰ ਜਿਹੜਾ ਹੈਗਾ ਕਾਂਗਰਸ ਪਾਰਟੀ ਦੀ ਹਾਇਰ ਲੀਡਰਸ਼ਿਪ, ਰਾਹੁਲ ਗਾਂਧੀ ਜੀ, ਪ੍ਰਿਯੰਕਾ ਗਾਂਧੀ ਜੀ, ਸੋਨੀਆ ਗਾਂਧੀ ਜੀ, ਇਹ ਸਾਰੇ ਜਾ ਕੇ ਕਰਦੇ ਨੇ। ਪਰ ਲੇਕਿਨ ਮੇਰੀ ਉਹਨਾਂ ਨੂੰ ਇਹ ਗੁਜ਼ਾਰਿਸ਼ ਆ ਕਿ ਆਓ ਪੰਜਾਬ ਦੇ ਕਿਸਾਨਾਂ ਦੇ ਜਾ ਕੇ ਹਾਲ ਪੁੱਛੋ ਉਹਨਾਂ ਦਾ। ਅੱਜ ਵੀ ਕਿਸਾਨ ਆਤਮ ਹੱਤਿਆ ਦੇ ਰਾਹ 'ਤੇ ਪਿਆ ਗਾ, ਅੱਜ ਵੀ ਕਿਸਾਨ ਦੇ ਉਹੀ ਹਾਲਾਤ 2017 ਤੋਂ ਪਹਿਲਾਂ ਸੀਗੇ। ਸੋ ਮੇਰਾ ਕਹਿਣ ਦਾ ਬਾਬਾ, ਹਜੇ ਤੱਕ ਪੰਜਾਬ ਵਿੱਚ ਮੁਕੰਮਲ ਕਰਜ਼ਾ ਮਾਫ਼ੀ ਨਹੀਂ ਹੋਈ। ਮੇਰੀ ਚੰਨੀ ਸਾਹਿਬ ਨੂੰ, ਮੇਰੀ ਕਾਂਗਰਸ ਪਾਰਟੀ ਨੂੰ, ਮੇਰੀ ਰਾਹੁਲ ਗਾਂਧੀ ਜੀ ਨੂੰ, ਪ੍ਰਿਯੰਕਾ ਗਾਂਧੀ ਜੀ ਨੂੰ ਬੇਨਤੀ ਆ ਕਿ ਪੰਜਾਬ 'ਚ ਆ ਕੇ ਪੰਜਾਬ ਦੇ ਕਿਸਾਨ ਨੂੰ ਦੱਸੋ ਕਿ ਤੁਹਾਡੀ ਮੁਕੰਮਲ ਕਰਜ਼ਾ ਮਾਫ਼ੀ ਕਿਹੜੀ ਤਰੀਕ ਤੱਕ ਹੋਊਗੀ, ਕਿਸ ਦਿਨ ਤੱਕ ਪੰਜਾਬ ਦੀ ਕਾਂਗਰਸ ਪਾਰਟੀ ਦੀ ਸਰਕਾਰ 2017 'ਚ ਕੀਤਾ ਹੋਇਆ ਵਾਅਦਾ ਨਿਭਾਊਗੀ। 2017 ਦੇ ਵਿੱਚ ਵਾਅਦਾ ਕੀਤਾ ਸੀਗਾ ਕਿ ਅਸੀਂ ਮੁਕੰਮਲ ਕਰਜ਼ਾ ਮਾਫ਼ੀ ਕਰਾਂਗੇ। ਤੁਸੀਂ ਸਰਦਾਰ ਨਵਜੋਤ ਸਿੰਘ ਸਿੱਧੂ ਦੀਆਂ ਵੀਡੀਓ ਦੇਖ ਲਓ, ਤੁਸੀਂ ਕੈਪਟਨ ਸਾਹਿਬ ਦੀਆਂ ਸਾਬਕਾ ਮੁੱਖ ਮੰਤਰੀ ਦੀ ਵੀਡੀਓ ਦੇਖ ਲਓ, ਸੁਨੀਲ ਜਾਖੜ ਜੀ ਦੀਆਂ ਵੀਡੀਓ ਦੇਖ ਲਓ, ਪ੍ਰਤਾਪ ਬਾਜਵਾ ਦੀਆਂ ਦੇਖ ਲਓ, ਮਨਪ੍ਰੀਤ ਸਿੰਘ ਬਾਦਲ ਦੀਆਂ ਵੀਡੀਓ ਦੇਖ ਲਓ। ਇਹ ਸਾਰੀਆਂ ਵੀਡੀਓ ਇਹ ਕਹਿੰਦੀਆਂ ਨੇਗੀਆਂ ਕਿ ਅਸੀਂ ਕਿਸਾਨ ਦੀ ਮੁਕੰਮਲ ਕਰਜ਼ਾ ਮਾਫ਼ੀ ਕਰਾਂਗੇ। ਹਾਲੇ ਤੱਕ ਨਗੂਣੀ ਜੀ ਰਾਸ਼ੀ ਪੰਜਾਬ ਦੇ ਕਿਸਾਨ ਦੀ ਮਾਫ਼ ਹੋਈ ਆ। ਵੱਡੇ ਪੱਧਰ 'ਤੇ ਲੋਕ ਲੈਟਰ ਸਾਨੂੰ ਲਿਖ ਕੇ ਭੇਜਦੇ ਨੇਗੇ। ਮੇਰੇ ਕੋਲ ਇੱਕ ਕਿਸਾਨ, ਪਹਿਲਾਂ ਤਾਂ ਉਹਨੂੰ ਮਰਿਆ ਘੋਸ਼ਿਤ ਕੀਤਾ ਗਿਆ, ਢੰਡੋਲੀ, ਮੇਰੇ ਹਲਕੇ ਦਾ ਪਿੰਡ ਹੈ ਢੰਡੋਲੀ ਕਲਾਂ, ਉੱਥੇ ਦਾ ਕਿਸਾਨ ਮੇਜਰ ਸਿੰਘ, ਉਹ ਕਿਸਾਨ ਦਾ ਪਹਿਲਾਂ ਤਾਂ ਉਹਨੂੰ ਕਿਸਾਨ ਨੂੰ ਇਹ ਕਰਤਾ ਕਿ ਇਹ ਮਰ ਗਿਆ। ਜਦੋਂ ਮੇਰੇ ਕੋਲ ਆਇਆ ਤਾਂ ਅਸੀਂ ਉਹਦੀ ਸਾਰੀ ਫਾਈਲ ਦਰੁਸਤ ਕਰਾਈ, ਸਾਰੇ ਲੈਟਰ ਲਿਖ ਲਿਖ ਠੀਕ ਕਰਾਇਆ, ਔਰ ਹੁਣ ਵੀ ਉਹਦੀ ਜਿਹੜੀ ਜ਼ਮੀਨ ਆ ਉਹ 2 ਏਕੜ ਤੋਂ ਘੱਟ ਆ, ਹਜੇ ਵੀ ਉੱਥੇ ਜਿਹੜਾ ਕਰਜ਼ਾ ਗਾ ਉਹ 2 ਲੱਖ ਦਾ ਕਰਜ਼ਾ ਖੜਾ ਗਾ। ਸਰਕਾਰ ਕਦੋਂ ਕਰਜ਼ਾ ਮਾਫ਼ੀ ਕਰੂਗੀ? ਸੋ ਮੇਰੀ CM ਸਾਹਿਬ ਨੂੰ, ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ, ਕਿ ਤੁਸੀਂ ਚੋਣ ਜਾਬਤਾ ਲੱਗਣ ਤੋਂ ਪਹਿਲਾਂ 2022 ਦੀ ਇਲੈਕਸ਼ਨ ਡਿਕਲੇਅਰ ਹੋਣ ਤੋਂ ਪਹਿਲਾਂ ਤਾਰੀਖ ਮੁਕਰਰ ਕਰੋ, ਦੱਸੋ ਕਿਸ ਦਿਨ ਪੰਜਾਬ ਦੇ ਕਿਸਾਨ ਦਾ ਕਰਜ਼ਾ ਮਾਫ਼ ਹੋਊਗਾ, ਕਿਸ ਦਿਨ ਪੰਜਾਬ ਦਾ ਕਿਸਾਨ ਖੁਦਕਸ਼ੀਆਂ ਦੇ ਰਾਹ ਤੋਂ ਹਟੂਗਾ, ਕਿਸ ਦਿਨ ਉਹ ਇੱਕ ਆਪਣੀ ਤਰੱਕੀ ਵੱਲ ਵਧੂਗਾ, ਕਿਸ ਦਿਨ ਜਿਹੜਾ ਹੈਗਾ ਮੁਕੰਮਲ ਕਰਜ਼ਾ ਮਾਫ਼ੀ, ਚਾਹੇ ਉਹ ਆੜ੍ਹਤੀਆਂ ਦਾ ਗਾ, ਚਾਹੇ ਉਹ ਪ੍ਰਾਈਵੇਟ ਬੈਂਕਾਂ ਦਾ ਗਾ, ਚਾਹੇ ਉਹ ਸਰਕਾਰੀ ਬੈਂਕਾਂ ਦਾ ਗਾ, ਚਾਹੇ ਉਹ ਸਹਿਕਾਰੀ ਬੈਂਕਾਂ ਦਾ ਗਾ, ਕਿਸ ਦਿਨ ਪੰਜਾਬ ਸਰਕਾਰ ਮਾਫ਼ ਕਰੂਗੀ, ਇਹਦੀ ਟਾਈਮ ਲਿਮਿਟ, ਡੇਟ, ਸਮਾਂ ਜਿਹੜਾ ਹੈਗਾ ਸਰਕਾਰ ਨਿਸ਼ਚਿਤ ਕਰੇ। ਆਹ ਜਿਹੜੇ ਮੈਂ ਸਮਝਦਾ ਮਗਰਮੱਛ ਦੇ ਹੰਝੂ ਬਹਾ ਰਹੀ ਹੈ ਕਾਂਗਰਸ ਪਾਰਟੀ ਦੀ ਸਰਕਾਰ, ਇਹ ਬਿਲਕੁਲ ਪੰਜਾਬ ਦੇ ਕਿਸਾਨ ਨੂੰ ਪਤਾ ਗਾ ਕਿ ਜਿਸ ਵਾਅਦੇ ਦੇ ਨਾਲ, ਜਿਸ ਕਮਿਟਮੈਂਟ ਦੇ ਨਾਲ, ਜਿਸ ਚੋਣ ਮੈਨੀਫੈਸਟੋ ਦੇ ਨਾਲ ਕਾਂਗਰਸ ਪਾਰਟੀ ਦੀ ਸਰਕਾਰ ਜਿਹੜੀ ਆ ਹੋਂਦ ਵਿੱਚ ਆਈ ਸੀ, ਅੱਜ ਉਹ ਆਪਣਾ ਵਾਅਦਾ ਨਿਭਾਉਣ ਤੋਂ ਭੱਜ ਰਹੀ ਆ। ਸੋ ਸਾਡੀ ਜਿਹੜੀ ਆ ਪ੍ਰਿੰਸੀਪਲ ਆਪੋਜੀਸ਼ਨ ਹੋਣ ਦੇ ਨਾਤੇ, ਵਿਰੋਧੀ ਧਿਰ ਹੋਣ ਦੇ ਨਾਤੇ, ਸਾਡੀ ਸਰਕਾਰ ਨੂੰ ਇਹ ਚੈਲੰਜ ਆ ਕਿ ਤੁਸੀਂ ਸਮਾਂਬੱਧ ਕਰੋ, ਕਿਸ ਦਿਨ ਤੁਸੀਂ ਪੰਜਾਬ ਦੇ ਕਿਸਾਨ ਦਾ ਮੁਕੰਮਲ ਕਰਜ਼ਾ ਮਾਫ਼ ਕਰੋਗੇ, ਕਿਉਂਕਿ ਤੁਸੀਂ ਪੰਜਾਬ ਦੇ ਅੰਨਦਾਤਾ ਦੇ ਨਾਲ ਲਗਾਤਾਰ ਧੋਖਾ ਕਰ ਰਹੇ ਹੋ। ਲਗਾਤਾਰ ਤੁਸੀਂ ਉਹ ਧੋਖਾ ਕਰਕੇ ਅੱਜ ਮੈਂ ਸਮਝਦਾ 5 ਸਾਲ ਪੂਰੇ ਕਰ ਲਏ, ਹੁਣ ਚੋਣਾਂ ਦਾ ਸਮਾਂ ਆ ਗਿਆ, ਇਲੈਕਸ਼ਨ ਡਿਕਲੇਅਰ ਹੋਣ ਜਾ ਰਹੇ ਨੇ, ਕੋਡ ਆਫ ਕੰਡਕਟ ਜਿਹੜਾ ਉਹ ਲੱਗਣ ਜਾ ਰਿਹਾ, ਤੁਸੀਂ ਮੈਨੂੰ ਦੱਸੋ ਕਿ ਕਿਸ ਦਿਨ ਤੁਸੀਂ ਪੰਜਾਬ ਦੇ ਕਿਸਾਨ ਦਾ ਕਰਜ਼ਾ ਮਾਫ਼ ਕਰੋਗੇ, ਕਿਸ ਦਿਨ ਬੇਜ਼ਮੀਨੇ ਕਿਸਾਨ ਜਿਹੜੇ ਠੇਕੇ 'ਤੇ ਲੈ ਕੇ ਖੇਤੀ ਕਰਦੇ ਨੇਗੇ, ਖੇਤ ਮਜ਼ਦੂਰ ਜਿਹੜਾ ਕਿਸਾਨ ਦੇ ਨਾਲ ਜਿਹੜਾ ਹੈ ਉਹਦੇ 'ਤੇ ਕਰਜ਼ਾ ਚੜਿਆ, ਕਿਸ ਦਿਨ ਤੁਸੀਂ ਇਹਨਾਂ ਕੈਟਾਗਰੀਜ਼ ਦਾ ਜਿਹੜਾ ਹੈਗਾ ਕਰਜ਼ਾ ਮਾਫ਼ ਕਰੋਗੇ, ਤਾਂ ਤੁਸੀਂ ਉਸਦੇ ਲਈ ਸਮਾਂ ਸੀਮਾ ਜਿਹੜੀ ਆ ਨਿਰਧਾਰਿਤ ਕਰੋ। ਪਰ ਲੇਕਿਨ ਉਹ ਸਮਾਂ ਅਤੇ ਸੀਮਾ ਇਲੈਕਸ਼ਨ ਤੋਂ ਪਹਿਲਾਂ ਹੋਣੀ ਚਾਹੀਦੀ ਆ, ਕਿਉਂਕਿ ਤੁਸੀਂ ਕਾਂਗਰਸ ਪਾਰਟੀ ਜਿਹੜੀ ਉਹ ਲਗਾਤਾਰ ਝੂਠ ਫਰੇਬ ਜਿਹੜੀ ਲੋਕਾਂ ਨੂੰ ਪਰੋਸ ਰਹੀ ਆ। UP 'ਚ ਜਾ ਕੇ ਪ੍ਰਿਯੰਕਾ ਗਾਂਧੀ ਜੀ ਕਹਿੰਦੇ ਨੇ ਕਿ ਅਸੀਂ ਪੰਜਾਬ ਦਾ ਕਿਸਾਨ ਦਾ ਕਰਜ਼ਾ ਮਾਫ਼ ਕਰਤਾ, ਮੱਧ ਪ੍ਰਦੇਸ਼ ਦੇ ਵਿੱਚ ਜਾ ਕੇ ਰਾਹੁਲ ਗਾਂਧੀ ਜੀ ਕਹਿੰਦੇ ਨੇ ਕਿ ਅਸੀਂ ਪੰਜਾਬ ਦਾ ਕਰਜ਼ਾ ਮਾਫ਼ ਕਰਤਾ। ਸੋ ਮੇਰੀ ਸਮੁੱਚੀ ਕਾਂਗਰਸ ਪਾਰਟੀ ਨੂੰ, ਪੰਜਾਬ ਦੇ ਮੁੱਖ ਮੰਤਰੀ ਚੰਨੀ ਸਾਹਿਬ ਨੂੰ ਗੁਜ਼ਾਰਿਸ਼ ਆ, ਬੇਨਤੀ ਆ, ਮੰਗ ਆ ਕਿ ਤੁਸੀਂ ਡਿਕਲੇਅਰ ਕਰੋ
ਤੁਸੀਂ ਕਿਸ ਦੇ ਨੂੰ ਕਰਜ਼ਾ ਮਾਫ਼ੀ ਜਿਹੜੀ ਮੁਕੰਮਲ ਕਰੋਗੇ ਔਰ ਕੋਡ ਆਫ ਕੰਡਕਟ ਲੱਗਣ ਤੋਂ ਪਹਿਲਾਂ ਜਿਹੜਾ ਮਾਫ਼ ਹੋਣਾ ਚਾਹੀਦਾ। ਇਸ ਦੇ ਨਾਲ ਦੀ ਨਾਲ ਮੈਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜੀ ਨੂੰ, ਅਰਵਿੰਦ ਕੇਜਰੀਵਾਲ ਜੀ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਗਾ ਕਿ ਇੱਕ ਐਜੂਕੇਸ਼ਨ ਵਰਲਡ ਵੱਲੋਂ ਕਰਵਾਏ ਗਏ ਸਰਵੇ ਦੇ ਵਿੱਚ ਦਿੱਲੀ ਦੇ ਚਾਰ ਜਿਹੜੇ ਸਕੂਲ ਨੇ ਉਹ ਟੌਪ 10 ਦੇ ਵਿੱਚ ਆਏ ਨੇ। ਬਹੁਤ ਹੀ ਖੁਸ਼ਖਬਰੀ ਵਾਲੀ ਗੱਲ ਆ। ਮੈਂ ਸਮਝਦਾ ਅਰਵਿੰਦ ਕੇਜਰੀਵਾਲ ਜੀ ਦਾ ਮਾਡਲ ਜਿਹੜਾ ਹੈਗਾ ਅੱਜ ਪੂਰੇ ਸੰਸਾਰ ਦੇ ਵਿੱਚ ਛਾ ਰਿਹਾ ਹੈਗਾ। ਸੋ 4 10 ਦੇ ਵਿੱਚੋਂ 4 ਜਿਹੜੇ ਸਕੂਲ ਨੇਗੇ ਉਹ ਦਿੱਲੀ ਦੇ ਟੌਪ 10 ਦੇ ਵਿੱਚ ਆਏ ਨੇ। ਬਹੁਤ ਹੀ ਮੈਂ ਸਮਝਦਾ ਖੁਸ਼ੀਆਂ ਵਾਲਾ ਦਿਨ ਆ। ਸੋ ਮੇਰੇ ਵੱਲੋਂ ਅਰਵਿੰਦ ਕੇਜਰੀਵਾਲ ਜੀ ਨੂੰ, ਮਨੀਸ਼ ਸਿਸੋਦੀਆ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ, ਸਮੁੱਚੇ ਦਿੱਲੀ ਵਾਸੀਆਂ ਨੂੰ, ਸਮੁੱਚੇ ਭਾਰਤ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ।